ਨਸੀਬ ਸਾਡੇ ਲਿਖੇ ਰੱਬ ਨੇ ਦਿਨ ਤੜਕ ਦਿਨ ਤਾਂ ਤੜਕ ਦਿਨ ਤਾਂ ਤੜਕ ਦਿਨ ਤਾਂ ਇਹ ਕਿਹਦਾ ਫੋਨ ਆ ਗਿਆ ਹੈਲੋ ਕੌਣ ਹੈ ਲੋਕੀ ਮੈਨੂੰ ਤੇਰਾ ਪਿਓ ਕਹਿੰਦੇ ਆ ਅੱਬੇ ਸਲਾਮ ਅਲੈਕੁਮ ਉਹ ਕਿੱਥੇ ਆ ਮੈਂ ਕੰਮ ਤੇ ਜੀ ਕਿਹੜੇ ਕੰਮ ਤੇ ਯੂਕੇ ਦਾ ਵਜ਼ੀਰ ਆਜ਼ਮ ਲੱਗ ਗਿਆ ਨਾ ਜਿਹੜੇ ਬੰਦੇ ਨੇ ਮੈਨੂੰ ਤੇ ਭੇਜਿਆ ਢਾਬੇ ਤੋਂ ਲਵਾਤਾ ਉਹਨੇ ਸਫਾਈ ਕਰ ਰਿਹਾ ਕਾਹਦੇ ਨਾਲ ਮੈਂ ਤਲਵਾਰ ਨਾਲ ਪੋਚਾ ਮਾਰਨ ਡਿਆ ਫੜਾ ਮੂੰਹ ਤੇਰਾ ਅੱਬੇ ਸਿਰ ਤੁਸੀਂ ਜ਼ਲੀਲ ਕਰਨਾ ਪਤਾ ਤੁਹਾਨੂੰ ਸਾਰਾ ਹੀ ਕਿਹਦੇ ਨਾਲ ਸਫਾਈ ਹੁੰਦੀ ਪਰ ਤੇਰਾ ਨਹੀਂ ਬਹੁਤ ਪਤਾ ਲੱਗਦਾ ਤੂੰ ਕਿਹੜੇ ਲਈ ਕੀ ਸਾਫ ਕਰ ਜਵੇਂ ਉਹ ਖੁਦਾ ਦਾ ਨਾਮ ਮੰਨੋ ਬਾਜੀ ਕਿਹੜੀ ਗੱਲ ਕਰਨ ਡਿਆ ਓਏ ਪੰਜਾਬ ਨਹੀਂ ਕਿ 7 ਦਿਨ ਬਾਅਦ ਪੁਲਿਸ ਆਉਂਦੀ ਏ ਇੱਥੇ 5 ਮਿੰਟ ਬਾਅਦ ਆ ਜਾਂਦੀ ਏ ਤੇ ਪਿੱਛੇ ਹੱਥਕੜੀ ਲਾਂਦੀ ਤੌਣ ਤੂੰ ਫੜ ਕੇ ਵਿੱਚ ਗੱਡੀ ਦੇ ਵੜਦੇ ਨੇ ਓਏ ਅੱਛਾ ਚਵਲਾ ਨਾ ਮਾਰ ਇਹ ਦੱਸ ਵੀ ਅੱਜ ਕੰਮ ਤੇ ਕੋ ਸਾਫ ਕੱਪੜੇ ਪਾ ਕੇ ਆਇਆ ਅੱਬਾ ਜੀ ਇੱਥੇ ਕੱਪੜੇ ਗੰਦੇ ਹੁੰਦੇ ਨਹੀਂ ਇੱਥੇ ਤੁਸੀਂ ਆਪ ਦਾਗ ਲਾਣਾ ਤੇ ਲੱਗਣਾ ਨਹੀਂ ਤੇ ਨਹੀਂ ਲੱਗਦਾ ਖੈਰੇ ਕੱਪੜਿਆਂ ਦਾ ਕੋ ਪੁੱਛਣ ਡਿਆ ਓਏ ਉੱਥੇ ਕਾਮਰਾਨ ਕੋਲ ਜਾ ਉਹਨੇ ਕੁੜੀ ਲੱਭ ਲਈ ਐ ਹੈ ਫੌਰਨ ਜਾ ਕੁੜੀ ਉਹਦੀ ਦੁਕਾਨ ਤੇ ਬੈਠੀ ਉਹਨੂੰ ਜਾ ਕੇ ਮਿਲ ਅੱਬਾ ਜੀ ਛੱਡ ਦਿਓ ਤੁਸੀਂ ਪੁੱਤਰ ਨਹੀਂ ਜੰਮਿਆ ਸਪਾਈਡਰਮੈਨ ਜੰਮਿਆ ਐ ਤੁਸੀਂ ਫੋਨ ਬੰਦ ਕਰਨਾ ਮੈਂ ਕਾਮਰਾਨ ਦੇ ਸਾਹਮਣੇ ਹੋਣਾ ਕਾਮਰਾਨ ਨੇ ਖਬਰੇ ਕੁੜੀ ਕਿਉਂ ਜੀ ਲੱਭੀ ਐ ਡੇਟ ਆਫ ਬਰਥ 24 August 1987 ਸਲਾਮ ਅਲੈਕੁਮ ਚਾਚਾ ਜੀ ਵਾਲੇਕੁਮ ਸਲਾਮ ਐ ਬਾਜੀ ਕੌਣ ਨੇ ਓਏ ਐ ਪੱਕੀ ਕੁੜੀ ਹੈਗੀ ਏ ਜਿਹੜੀ ਮੇਰੇ ਲੱਭੀ ਜੇ ਆਹੋ ਇਹ ਤੇ ਭਾਵੇਂ ਕੱਚੀ ਵੀ ਹੁੰਦੀ ਤੇ ਚੱਲ ਜਾਣੀ ਸੀ ਇਹ ਮੱਖਣ ਦਾ ਪੇੜਾ ਕਿੱਥੋਂ ਲੱਭਿਆ ਚਾਚਾ ਜੀ ਪੋਲੈਂਡ ਤੋਂ ਪੇਪਰ ਪੱਕੇ ਕਰਾਉਣ ਲਈ ਨਿਕਾਹ ਦੀ ਲੋੜ ਪਏਗੀ ਇਹ ਤੇ ਖਾਲੀ ਨਿਕਾਹ ਕਰਾ ਲਵੇ ਪੱਕਾ ਤੇ ਮੈਂ ਹੋ ਹੀ ਗਿਆ ਕੈਸੀ ਹੈ ਆਪ ਹੈਲੋ ਇਹਨੂੰ ਉਰਦੂ ਜ਼ਬਾਨ ਨਹੀਂ ਆਂਦੀ ਚਾਚਾ ਜੀ ਪਿਆਰ ਦੀ ਕੋਈ ਜ਼ਬਾਨ ਨਹੀਂ ਹੁੰਦੀ ਇਹਦੀਆਂ ਅੱਖਾਂ ਮੈਨੂੰ ਕਹਿ ਰਹੀਆਂ ਨੇ ਤਬਰੇਜ਼ ਮੈਨੂੰ ਲੈ ਜਾ ਮੈਂ ਤੰਗ ਆ ਤਬਰੇਜ਼ ਮੈਨੂੰ ਲੈ ਜਾ ਮੈਂ ਤੰਗ ਆ ਓਏ ਹੱਥ ਚੁੱਕੋ ਵਾਕੇ ਤੰਗ ਏ 15 ਮੰਗ ਰਹੀ ਸੀ 12 ਤੇ ਗੱਲ ਹੋਈ ਏ ਅੱਛਾ ਜੀ ਆਹੋ ਕੋਈ ਗੱਲ ਨਹੀਂ ਮੈਂ ਹੁਣੇ ਅੱਬਾ ਜੀ ਨਾਲ ਗੱਲ ਕਰ ਲੈਂਦਾ ਹਾਂ ਹਾਂਜੀ ਕਰ ਕਾਲ ਅੱਬਾ ਜੀ ਤੁਹਾਡੀ ਬੜੀ ਤਾਰੀਫ ਕਰਦੇ ਜੇ ਅੱਛਾ ਤਾਂ ਸੁਣੋ ਜ਼ਰਾ ਹੈਲੋ ਸਲਾਮ ਅਲੈਕੁਮ ਅੱਬਾ ਜੀ ਜਿਸ ਕੰਮ ਲਈ ਤੈਨੂੰ ਭੇਜਿਆ ਉਸ ਖੱਚ ਨੂੰ ਮਿਲਿਆ ਕਿਹੜੀ ਖੱਚ ਅੱਬਾ ਜੀ ਜਿਸ ਖੱਚ ਨਾਲ ਤੈਨੂੰ ਮਿਲਣ ਨੂੰ ਭੇਜਿਆ ਕਾਮਰਾਨ ਇੱਕ ਮਿੰਟ ਅੱਬਾ ਜੀ ਅੱਬਾ ਜੀ ਕੀ ਕਰ ਰਹੇ ਹੋ ਉਹ ਖੱਚ ਸਾਹਮਣੇ ਬੈਠੀ ਤੁਹਾਡੀ ਤਾਰੀਫ ਕਰ ਰਹੇ ਨੇ ਅੱਬਾ ਜੀ ਉਹਨੂੰ ਕਹੀਂ ਹੁਣ ਪੂਰੇ 15 ਹੋਣਗੇ ਉਹਨੇ ਜਿਹੜੀ ਮੇਰੀ ਇੰਨੀ ਤਾਰੀਫ ਕੀਤੀ ਹੈ ਹੈਲੋ ਅੱਬਾ ਜੀ ਤੁਹਾਡੀ ਇੱਕ ਖੱਚ ਦੀ ਵਜ੍ਹਾ ਨਾਲ 3000 ਵਧਿਆ ਔਰ ਜਿੰਨੀ ਤੁਸੀਂ ਖੱਚਾ ਮਾਰਦੇ ਹੋ ਮੈਨੂੰ ਲੱਗਦਾ ਹੈ ਤੁਹਾਡੀ ਨੂੰ 35-40 ਚ ਪੈਣੀ ਤੁਹਾਨੂੰ ਮੇਰੀ ਗੱਲ ਕਰਾ ਦੇਣਾ ਹਾਂਜੀ ਇਤਿਆਦ ਕਰ ਲਓ ਅੱਬਾ ਜੀ ਪਾਪਾ ਗੱਲ ਕਰਨਾ ਚਾਹੁੰਦੇ ਹਾਂਜੀ ਹੈਲੋ ਹਾਏ ਹਾਏ ਉਹ ਤੈਨੂੰ ਪਤਾ ਵੀ ਚੌਧਰੀ ਵਸੀਮ ਕੋਲ ਕੋ ਪੈਸੇ ਦੀ ਕਮੀ ਹੈ ਉਹ ਜਦੋਂ ਕਹੇਗਾ ਜਿੰਨੇ ਕਹੇਗਾ ਤੇਰੇ ਅਕਾਊਂਟ 'ਚ ਪੈਸੇ ਪਾ ਦੇਾਂਗੇ ਲੇਕਿਨ ਇੱਕ ਗੱਲ ਯਾਦ ਰੱਖਣੀ ਹੈ ਪੁੱਤ ਮੇਰਾ ਜਿਹੜਾ ਲੀਗਲ ਹੋਣਾ ਚਾਹੀਦਾ ਅੱਛਾ ਠੀਕ ਹੈ ਤੂੰ ਪਰੇਸ਼ਾਨ ਨਾ ਹੋ ਆਪਣਾ ਕੰਮ ਕਰ ਮੈਂ ਸਾਂਭ ਲਾਂਗਾ ਸਭ ਚੱਲ ਚੰਗਾ ਫਿਰ ਰੱਬ ਰੱਖਾ ਅੱਛਾ ਜੀ ਹਾਂ ਹੋ ਗਈ ਡਨ ਹੋ ਗਿਆ ਡਨ ਹੋ ਗਿਆ ਡੀਲ ਡਨ ਹੈ ਡਨ ਯਾਨੀ ਕਿ ਉਹਨੇ ਮੇਰੀ ਹੈ ਓਏ ਆਹੋ ਤੇਰੀ ਹੈ ਡੀਲ ਡਨ ਹੈ ਡੰਡ ਨਾ ਡੰਡ ਡਨ ਹੈ